अस्सलाम वालेकुम नाज़रीन, इस वक्त सुबह का वक्त है और मंडी शाहपुर कांजरा में मौजूद हूँ। यहाँ पर सुबह सुबह क्या हालात होते हैं और किस तरह व्यापारी जो होते हैं अपने जानवरों को खूबसूरत से खूबसूरत बनाने में लगे होते हैं। कोई नहला रहा होता है और कोई सफाई सुथराई का काम कर रहा होता है। तो आज सुबह सुबह आपको पता है कि आज दूसरा रोज़ा है और यहाँ पर जब धूप ज़्यादा हो जाएगी तो व्यापारी हजरात भी थोड़े से गर्म हो जाते हैं, जिस हवाले से फिर हम सुबह सुबह ही आज वीडियो बना रहे हैं। तो मेरे पीछे जो है वो जो काफ़ी बैल खड़े हुए हैं, इनके मालिक से हम बात करते हैं कि इसके रेट वग़ैरह क्या हैं, क्योंकि आज शाहपुर मंडी में देखते हैं कि रमज़ान शरीफ के हवाले से कीमतों में जिस तरह पाकिस्तान के दूसरे चीज़ों की कीमतें आसमानों से बातें करें, क्या जानवरों की कीमतें भी इसी तरह हैं या कि फ़र्क है। तो चलें वीडियो शुरू करते हैं। अस्सलाम वालेकुम। क्या नाम? क्या अबू बकर। क्या नाम है? अबू बकर। अबू बकर, अबू बकर इधर आइए। कितने जानवर लेकर आए? मेरे जानवर 8-9 या 10 है। 10 जानवर है जी। माशाल्लाह। मेरा ख्याल है अबू बकर पक्का अड्डा है आपका? जी हमारा पक्का अड्डा है, 12 महीने यहाँ पर रहते हैं, काम करते हैं। अच्छा, तो ये जो ब्लैक कलर का बछड़ा है, ये छोटा जी ये वाला, ये कितने का, कितनी कीमत है, इतनी उम्र कितनी है इसकी? उम्र 2 दांत है। 2 दांत है जी। तो इसकी कीमत की है? इसकी कीमत 1,05,000। 1,05,000 रुपये। तो यह जरा नाल शाहीवाल का खलौता है, यह नाल खलौता है जरा शाहीवाल। इसकी 95,000। 95,000 रुपये जी। इधर मुँह दांत कितने हैं? खीरा है, पक्का खीरा। पक्का खीरा। ਤੇ ਉਹ ਜਿਹੜਾ ਨਾਲ ਪਰੇ ਬਲੈਕ ਕਲਰ ਚੌਗਾ ਚੌਗਾ ਤੇ ਉਹ ਜਿਹੜਾ ਨਾਲ ਪਰੇ ਖੜਾ ਦੋਂਦਾ ਦੋਂਦਾ ਉਸ ਤੋਂ ਪਰੇ ਜਿਹੜਾ ਉਹ ਵੀ ਦੋਂਦਾ ਉਹ ਜਿਹਦਾ ਮੂੰਹ ਪੱਟੀ ਜਾਂਦਾ ਉਹ ਕਿੰਨਾ ਦਾ ਆਈ ਜਰਾ ਉਹ ਚਾਚੇ ਦਾ ਅੱਛਾ ਉਹ ਚਾਚੇ ਦਾ ਅੱਛਾ ਇਹ ਜਿਹੜੇ ਜਾਨਵਰ ਹੈਗੇ ਨੇ ਜੀ ਇਹਦੇ ਤੇ ਕਿੱਥੋਂ ਬਾਵਲਪੁਰ ਮੰਡੀ ਚੋਂ ਲੈ ਕੇ ਆਪਾਂ ਇਹ ਬਾਵਲਪੁਰ ਮੰਡੀ ਚੋਂ ਲੈ ਕੇ ਆਉਂਦੇ ਹਾਂ ਮਲਤਾਨ ਚੋਂ ਲੈ ਕੇ ਆਉਂਦੇ ਹਾਂ ਔਰ ਜਾਂ ਕੋਈ ਸੇਲ ਕਰਦੇ ਹਾਂ ਮੁxtਲਿਫ ਇਲਾਕਿਆਂ ਦੇ ਵਿੱਚ ਜੀ 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 ਤੇ ਇਹ ਜਿਹੜਾ ਹੈਗਾ ਲਾਲ ਕਲਰ ਦਾ ਬਲੈਕ ਕਲਰ ਦਾ ਜਿਹੜਾ ਖਲੋਤਾ ਹੋਇਆ ਇਹ ਵਾਲਾ ਨਹੀਂ ਉਹ ਨਾਲ ਪਰੇ ਬਲੈਕ ਕਲਰ ਦਾ ਜੀ ਜੀ ਉਹ ਕਿਹੜੀ ਇਹ ਨਸਲ ਕਿਹੜੀ ਹੈ ਸਾਈਵਾਲ ਸਾਈਵਾਲ ਨਸਲ ਦਾ ਜੀ ਮਾਸ਼ਾਅੱਲਾ ਸਾਰੇ ਸਾਈਵਾਲ ਕੇ ਹੈ ਸਾਰੇ ਸਾਈਵਾਲ ਨਸਲ ਦੇ ਜੀ ਠੀਕ ਹੈ ਤੇ ਇਹ ਜਿਹੜਾ ਲਾਲ ਰੰਗ ਦਾ ਕਿੰਨੇ ਪੈਸੇ ਦੱਸੇ ਸੀ ਇਹਦੇ 3,20,000 ਅੱਛਾ ਕੁਰਬਾਨੀ ਦੇ ਜਾਨਵਰ ਜਿਹੜੇ ਹੈਗੇ ਨੇ ਇਹਨਾਂ ਨਾਲੋਂ ਵੀ ਤਕੜੇ ਹੁੰਦੇ ਨੇ ਕਿ ਜੀ ਬਹੁਤ ਬੜ ਜਾਨਵਰ ਲਿਆਉਂਗੇ ਕੁਰਬਾਨੀ ਦੇ ਇਨਸ਼ਾਅੱਲਾ ਤੇ ਕੁਰਬਾਨੀ ਦੇ ਜਿਹੜੇ ਜਾਨਵਰ ਹੈਗੇ ਨੇ ਉਹ ਤੁਸੀਂ ਮੰਡੀ 'ਚ ਕਿਦੋਂ ਲੈ ਆਉਂਦੇ ਜੇ ਯਾਨੀ ਕਿ ਮਹੀਨਾ ਪਹਿਲਾਂ ਲੈ ਆਉਂਦੇ ਜੇ ਕਿ ਨਹੀਂ ਮਾਰਾ ਕੰਮ ਇਹ ਪਾਵਰਪੁਰ ਪਾਵਰਪੁਰ ਸੇ ਲੈ ਕੇ ਮਲਦਾਨ ਸੇ ਲੈ ਕੇ ਲਾਹੌਰ ਹੈ ਯਹਾਂ ਪਰ ਲੈ ਕੇ ਸੇਲ ਕਰਨਾ ਕੁਰਬਾਨੀ ਮੇਂ ਨਹੀਂ ਕਿੰਨੇ ਦਿਨ ਰਹਿੰਦੇ ਨੇ ਈਦ ਦੇ ਵਿੱਚ ਤਾਂ ਤੁਸੀਂ ਆ ਜਾਂਦੇ ਜੇ ਈਦ ਮੇਂ ਰਹਤੇ ਹੈ 20-25 ਦਿਨ ਰਹਤੇ ਹੈ ਤੇ ਹਮ ਯਹਾਂ ਪਰ ਆ ਜਾਤੇ ਹੈ ਡੇਰਾ ਲਗਾ ਕੇ ਜੀ ਪੱਕਾ ਲਗਾ ਮਹੀਨਾ ਹੀ ਹੋ ਗਿਆ ਜੀ ਯਾਨੀ ਕਿ ਇਹ ਜਿਹੜੀ ਈਦ ਛੋਟੀ ਜਾ ਰਹੀ ਜਿਹੜੀ ਇਸ ਤੋਂ ਫੌਰਨ ਬਾਅਦ ਤੁਸੀਂ ਆ ਜਾਓਗੇ ਜੀ 10-15 ਦਿਨ ਠਹਿਰ ਕੇ ਨਹੀਂ 10-15 ਮਿੰਟ ਠਹਿਰ ਕੇ ਨਹੀਂ ਮਹੀਨਾ ਡੇਢ ਕਾਰਨ ਮਤਲਬ ਜਦੋਂ ਮਹੀਨਾ ਰਹਿ ਜਾਏਗਾ ਉਦੋਂ ਯਹਾਂ ਪਰ ਪੱਕਾ ਡੇਰਾ ਲਗਾ ਮਿੱਟੀ ਮੁੱਟੀ ਯਹਾਂ ਪਰ ਸਟਾਏਗੇ ਤੇ ਔਰ ਖੁੱਲੀਆਂ ਪੱਕਾ ਕਰਾਂਗੇ ਉਹ ਜਿਹੜਾ ਉੱਪਰੇ ਉਹ ਧੰਨੀ ਖਲੋਤਾ ਹੋਇਆ ਉਹ ਧੰਨੀ ਨਹੀਂ ਨਹੀਂ ਸਰ ਧੰਨੀ ਦਾ ਨਹੀਂ ਹੈ ਉਹ ਜਿਹੜਾ ਪਰੇ ਖੜਾ ਉਹ ਕਿਹੜਾ ਇਹ ਰਾਜਨਪੁਰ ਰਾਜਨਪੁਰ ਸੋਰੀ ਠੀਕ ਹੈ ਤੇ ਇਹ ਉੱਪਰਲੀ ਲੈਣ ਤੋਂ ਤੁਹਾਡੀ ਨਹੀਂ ਹੈਗੀ ਜੀ ਉਹ ਮਾਰੀ ਨਹੀਂ ਉਹ ਵਾਂ ਪਰ ਉਹ ਲਾਲ ਸਾਫੇ ਵਾਲਾ ਨਹੀਂ ਹੈ ਉਸਕੀ ਹੈ ਲਾਲ ਸਾਫੇ ਵਾਲੇ ਦੀ ਜੀ ਠੀਕ ਤੁਹਾਡੇ ਕੋਲ ਆਈ ਨੇ ਸਿਰ ਸਾਈਵਾਲ ਦੀ ਜਿਹੜੀ ਹੈ ਉਹ ਲਈ ਲੈਣ ਜੀ ਜੀ ਚਲੋ ਠੀਕ ਹੈ ਨਾ ਕੋਈ ਕੰਟੈਕਟ ਨੰਬਰ ਕੀ ਅਗਰ ਕਿਸੇ ਨੂੰ ਚਾਹੀਦਾ ਹੋਵੇ ਜੀਰੋ 3645-78-910 ناظرین یہ تھے بھائی کے جانور تو ویڈیو اچھی لگی ہو تو لائک اور شیئر ضرور کیجیے گا اور جو ہے جانور آپ کو دکھاتے ہیں ہمارے ساتھ رہیے گا ਕੀ ਨਾਂ ਤੇਰਾ ਤੇਰਾ ਨਾਂ ਤਾਂ ਮੈਂ ਅੱਗੇ ਵੀ ਮੈਨੂੰ ਭੁੱਲ ਗਿਆ ਇਰਫਾਨ ਚਾਚੂ ਜੀ ਕਿੰਨੇ ਦਾ ਚਾਚੂ ਮੋਲ 'ਚ 1.70 ਕਰਨਾ ਦਿੰਦਾ ਚੈੱਕ ਕਰਾ ਫਿਰ ਲਓ ਜੀ ਗੁਲਫਾਮ ਦਾ ਜਾਨਵਰ ਵੇਖੋ ਜੀ ਠੀਕ ਹੈ ਤੇਰਾ ਟੋਰ ਖਾਣਾ
ਲਓ ਜੀ ਬਹੁਤ ਹੀ ਖੂਬਸੂਰਤ ਗੋਲ ਮਟੋਲ ਫੁਲਫਾਮ ਤੇਰੇ ਵਰਗਾ ਹੀ ਹੈ ਕੋਲ ਗੋਲ ਮਟੋਲ ਠੀਕ ਹੈ ਬਹੁਤ ਹੀ ਪਿਆਰਾ ਝਾਲਰ ਵੀ ਇਹਦੀ ਵੇਖ ਲਓ ਤੁਸੀਂ ਔਰ ਗੋਲ ਮਟੋਲ ਹੈਗਾ ਮਾਰਦਾ ਮੁਰਦਾ ਵੀ ਨਹੀਂ ਸਾਊ ਹੈਗਾ ਜੀ ਮਾਸ਼ਾ ਅੱਲਾ ਬਹੁਤ ਖੂਬਸੂਰਤ ਹੈ ਮਾਰੀ ਮੂਰੀ ਨਾ ਬਾਈ ਨਾਜ਼ਰੀਨ ਬਹੁਤ ਹੀ ਖੂਬਸੂਰਤ ਔਰ ਕੁਰਬਾਨੀ ਕੇ ਲੀਏ ਬੈਸਟ ਜਾਨਵਰ ਹੈ ਜਿਨਸੇ ਰਾਬਤਾ ਗੁਲਫਾਮ ਸੇ ਕਰ ਸਕਤੇ ਹੈ ਗੁਲਫਾਮ ਸੇ ਜੋ ਹੈ ਵੋ ਨੰਬਰ ਹਮ ਆਪਕੋ ਸ਼ੇਅਰ ਕਰਕੇ ਦੇਤੇ ਹੈ ਕਿ ਨੰਬਰ ਇਸ ਅਗਰ ਆਪਣੇ ਚਾਹੀਏ ਤੋ ਆਪ ਕਿਸ ਤਰ੍ਹਾਂ ਗੁਲਫਾਮ ਸੇ ਲੈ ਸਕਤੇ ਹੈ ਇਸਕਾ ਨੰਬਰ ਆਪਕੇ ਪਾਸ ਅਭੀ ਆ ਜਾਤਾ ਹੈ ਪਹਿਲੇ ਆਪ ਬਛੜਾ ਚੈੱਕ ਕਰੇ ਇਨਸ਼ਾ ਅੱਲਾਹ ਤਾਲਾ ਕਿਉਂਕਿ ਜਾਨਵਰ ਐਸੇ ਹੋਤੇ ਹੈ ਕਿ ਮਾਰਤੇ ਹੈ ਲੇਕਿਨ ਇਹ ਆਪ ਦੇਖ ਸਕਤੇ ਹੈ ਇਹ ਮਾਰਨੇ ਵਾਲੀ ਬਾਜ਼ ਨਹੀਂ ਹੈ ਔਰ ਇਹ ਆਪ ਦੇਖ ਸਕਤੇ ਹੈ ਜਿਸ ਤਰ੍ਹਾਂ ਮਰਜ਼ੀ ਪੂਛਲ ਪਕੜ ਕੇ ਘਰੇ ਭੱਜੇ ਫਿਰ ਉਹ ਹੈਂ ਜਿਸ ਤਰ੍ਹਾਂ ਮਰਜ਼ੀ ਭਾਵੇਂ ਬੱਚਿਆਂ ਨੂੰ ਇੱਥੇ ਝੂਟੇ ਤੋਂ ਆਈ ਜਾਓ ਕੋਈ ਰੌਲਾ ਹੀ ਨਹੀਂ ਆਦਮੀ ਵੀਡੀਓ ਅੱਛੀ ਲੱਗੀ ਉਹ ਜਾਨਵਰ ਅੱਛਾ ਲਗਾ ਉਹ ਤੋ ਜ਼ਰੂਰ ਕੀਜੀਏਗਾ ਉਸੇ ਪਹਿਲੇ ਜੋ ਹੈ ਉਹ ਆਪਕੋ ਮੈਂ ਨੰਬਰ ਪੁੱਛ ਕੇ ਦੇਤਾ ਹੂੰ ਨੰਬਰ ਕੀ ਗੁਲਫਾਮ ਤੇਰਾ 0360 430 1960 ਜੀ 1960 ਲਓ ਜੀ ਗੁਲਫਾਮ ਦਾ ਨੰਬਰ ਤੁਹਾਡੇ ਕੋਲ ਆ ਗਿਆ ਬਛੜਾ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਇਹਨਾਂ ਨਾਲ ਰਾਬਤਾ ਕਰ ਸਕਦੇ ਜੇ ਬਛੜਾ ਤੁਹਾਨੂੰ ਮਿਲ ਜਾਏਗਾ ਵੀਡੀਓ ਅੱਛੀ ਲੱਗੀ ਹੋਵੇ ਤੁਸੀਂ ਲਾਈਕ ਸ਼ੇਅਰ ਜ਼ਰੂਰ ਕੀਜੀਏਗਾ ਔਰ ਕਿਸ ਤਰ੍ਹਾਂ ਦਾ ਇਹ ਜਾਨਵਰ ਆਪਕੋ ਲਗਾ ਉਹ ਵੀ ਆਪਨੇ ਮੁਝੇ ਬਤਾਉਣਾ ਹੈ ਤੋ ਇਜਾਜ਼ਤ ਚਾਹਤਾ ਹੂੰ ਨਈ ਵੀਡੀਓ ਮੇਂ ਫਿਰ ਮੁਲਾਕਾਤ ਹੋਗੀ ਅੱਲਾਹ ਹਾਫਿਜ਼।